ਕਿਤਾਬਾਂ ਨਹੀਂ ਸੀ ਪਹਿਲਾਂ ਉਹਨਾਂ ਨੂੰ ਕਿਸੇ ਮੈਗਜ਼ੀਨ ਦੇ ਵਿੱਚ ਪੜ੍ਹਿਆ ਅਤੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਉਹੀ ਹਮਦਰਦ ਦੇ ਵਿਸ਼ਾ ਕੀ ਨੇ ਜਿਹਨਾਂ ਕੋਲ ਅਸੀਂ ਪੜ੍ਹਦੇ ਹਾਂ ਅਤੇ ਇਹ ਉਹਨਾਂ ਦੀ ਲਿਖੀ ਹੋਈ ਕਵਿਤਾ ਫਿਰ ਤਾਂ ਕਵਿਤਾਵਾਂ ਕਹਾਣੀਆਂ। ਅਤੇ ਇੱਕ ਵਾਰੀ ਕੀ ਹੋਇਆ ਕਿ ਇੱਕ ਮੈਂ ਪੜ੍ਹਦਾ ਹੁੰਦਾ ਸੀ, ਮੇਰੇ ਨਾਲ ਅਵਤਾਰ ਸੀ ਅਸੌਂਸਪੁਰਾ ਜਿਹੜਾ ਖਸਮ ਵਾਲੇ ਹੋਏ ਉੱਥੋਂ ਦਾ, ਅਸੀਂ ਦੋਵੇਂ ਜਾਣੇ, ਇੱਕ ਉਹਦੀ ਉਹ ਮੋਰ ਪੰਥ ਦਾ ਬੂਟਾ ਸੀ ਵੱਡਾ ਸਾਰਾ ਉੱਥੇ ਜਿੱਥੇ ਕਲਾਸਾਂ ਲੱਗਦੀਆਂ ਸੀ ਨਾ ਉਹਦੇ ਮੂਹਰੇ ਹੀ ਹੁੰਦਾ ਸੀ, ਅਸੀਂ ਉਹਦੇ ਨਾਲ ਖੁੱਲ੍ਹੇ ਖੜ੍ਹੇ, ਸਾਨੂੰ ਨਹੀਂ ਪਤਾ ਵੀ ਦੂਜੇ ਪਾਸੇ ਹਮਦਰਦ ਵੀ ਮੁਸ਼ਾਇਰ ਵੀ ਹੋਈ ਖੜ੍ਹੇ ਨੇ। ਅਤੇ ਅੱਗੇ ਉਹਨਾਂ ਦਾ ਪੀਰੀਅਡ ਸੀ ਅਤੇ ਅਸੀਂ ਸੋਚਿਆ ਕਿਸੇ ਮੁੰਡੇ ਤੋਂ ਕੁਝ ਪਾਰਟੀ ਲੈਣੀ ਸੀ ਅਤੇ ਉਸ ਵੇਲੇ ਚਾਹ ਦਾ ਕੱਪ ਅਤੇ ਉਹਦੇ ਨਾਲ ਇੱਕ ਸਮੋਸਾ, ਜਿਹੜਾ ਇੱਕ ਛੋਟੀ ਗੱਲ ਨਹੀਂ ਸੀ ਹੁੰਦੀ, ਤੁਸੀਂ ਅੱਜ ਉਹ ਸੋਚ ਹੀ ਨਹੀਂ ਸਕਦੇ ਜਿਹੜੇ ਉਸ ਵੇਲੇ ਦਿੱਤਾ ਉਹ ਮਤਲਬ ਸੋਚ ਸਕਦੇ। ਅਤੇ ਅਸੀਂ ਗੱਲਾਂ ਕਰਦੇ ਹਾਂ ਵੀ ਯਾਰ ਉਹ ਹੁਣ ਉਹ ਕਰ ਰਿਹਾ, ਇਹ ਪੀਰੀਅਡ ਵੀ ਨਹੀਂ ਆਪਾਂ ਛੱਡਣਾ ਹੈਗਾ, ਅਤੇ ਕਿਵੇਂ ਕਰੀਏ, ਉਹਨੂੰ ਕਹੀਏ ਵੀ ਸਾਨੂੰ ਬਾਅਦ 'ਚ ਪਿਆ ਨਹੀਂ ਇਹ ਕਰਦੇ ਹਾਂ, ਉਹ ਇੱਕਦਮ ਸਾਡੇ ਸਾਹਮਣੇ ਆ ਗਏ ਅਤੇ ਆਪਣੇ ਉਸ ਹੀ ਜਿਹੜਾ ਉਹਨਾਂ ਦਾ ਚਿੱਤ ਪ੍ਰਚਿਤ ਉਹ ਅੰਦਾਜ਼ ਸੀਗਾ ਉਹਦੇ 'ਚ ਕਹਿੰਦੇ ਵੀ ਤੁਸੀਂ ਭੀਟ ਲਾਓ ਮੇਰੇ ਕੋਲ ਕਵਿਤਾ ਭਵਨ ਆਉਣਾ, ਤੁਹਾਨੂੰ ਕਿਤਾਬ ਵੀ ਦਊਂਗਾ ਔਰ ਚਾਹ ਦਾ ਕੱਪ ਵੀ ਪਿਆਊਂਗਾ ਅਤੇ ਨਾਲ ਤੁਹਾਨੂੰ ਆਹੀ ਦਿਨ ਸੀਗੇ ਥੋੜ੍ਹੇ ਦੂਰ ਪਹਿਲਾਂ ਦੀਵਾਲੀ ਦੀ ਮਠਿਆਈ ਪਈ ਹੈ, ਮਠਿਆਈ ਵੀ ਮਿਲੂਗੀ। ਉਹਨਾਂ ਨੇ ਇੰਨੇ ਪਿਆਰ ਨਾਲ ਇਸ ਤਰ੍ਹਾਂ ਅਸੀਂ ਨਾ ਉਲਝ ਗਏ ਵੀ ਕਵਿਤਾ ਭਵਨ ਕੀ ਹੈ, ਸਾਨੂੰ ਇਹ ਨਹੀਂ ਸੀ ਪਤਾ, ਇੰਨਾ ਹੈ ਨਹੀਂ ਸੀ ਵੀ ਉਹਨਾਂ ਨੂੰ ਪੁੱਛਣਗੇ ਵੀ ਕਵਿਤਾ ਭਵਨ ਕਿੱਥੇ ਆਉਣਾ। ਸਾਨੂੰ ਲੱਗਿਆ ਵੀ ਯਾਰ ਸਕੂਲ ਕਾਲਜ ਦੇ ਵਿੱਚ ਕੋਈ ਹੈ ਲਾਇਬ੍ਰੇਰੀ ਵਗੈਰਾ ਨਾ, ਜਾਂ ਉਹਨੂੰ ਕਹਿੰਦੇ ਨੇ। ਫਿਰ ਅਸੀਂ ਉੱਜਲ ਸਿੰਘ ਉਹਨਾਂ ਦਾ ਬੇਟਾ ਪੜ੍ਹਦਾ ਹੁੰਦਾ ਸੀ, ਉਹਨੂੰ ਪੁੱਛਿਆ ਵੀ ਯਾਰ ਉਹ ਇਹ ਕਵਿਤਾ ਭਵਨ ਕਿੱਥੇ ਹੈ, ਉਹ ਕਹਿੰਦਾ ਵੀ ਐਂ ਸੂਏ ਤੇ ਜਦੋਂ ਤੁਸੀਂ ਮਰਚੂਆ ਵਾਲੇ ਪਰ ਸਾਈਕਲਾਂ 'ਤੇ ਆਉਂਦੇ ਹੁੰਦੇ ਸੀਗੇ ਅਤੇ ਉਹ ਫਿਰ ਉਹ ਤਾਂ ਨਹੀਂ ਗਿਆ ਕਾਰ, ਮੈਂ ਗਿਆ ਕਿਉਂਕਿ ਇਹ 'ਚ ਮੈਨੂੰ ਸੀ ਕਿਤਾਬਾਂ ਦੀ ਸਾਰੀ ਜਿਹੜੀ ਸੀ, ਉਹਨਾਂ ਕੋਲ ਜਾ ਕੇ ਔਰ ਸੱਚੀ ਮੁੱਚੀ ਮੈਂ ਚਾਹ ਵੀ ਪੀਤੀ ਅਤੇ ਹੁਣ ਤੱਕ ਮੈਨੂੰ ਯਾਦ ਹੈ ਕਿ ਬਰਫੀ ਦਾ ਇੱਕ ਪੀਸ ਖਾਧਾ ਅਤੇ ਨਾਲ ਇੱਕ ਕਿਤਾਬ ਨਹੀਂ, ਉਹਨਾਂ ਨੇ ਮੈਨੂੰ 7-8 ਕਿਤਾਬਾਂ ਦਿੱਤੀਆਂ ਅਤੇ ਉਹਨਾਂ 'ਚੋਂ ਕਿਹਾ ਵੀ ਆਹ ਤੂੰ ਰੱਖ ਲਈ ਆਹ ਵਾਪਸ ਕਰਕੇ ਜਾਈਂ ਪੜ੍ਹ ਕੇ। ਅਤੇ ਇਹ ਮੇਰੀ ਉਹਨਾਂ ਨਾਲ ਸਾਂਝ ਸੀ ਅਤੇ ਮੈਨੂੰ ਲਿਖਣ ਦੇ ਰਾਹ ਮੈਨੂੰ ਕੀ, ਸਵੇਰੇ ਮੈਂ ਭਾਈ ਗੁਰੂ ਭਜਨ ਗਿੱਲ ਉਹਨਾਂ ਨਾਲ ਗੱਲ ਕਰਦਾ ਸੀ ਅਤੇ ਇਹਨਾਂ ਨੇ ਵੀ ਇਹ ਗੱਲ ਕਹੀ, ਪਤਾ ਨਹੀਂ ਕਿੰਨੇ ਜਣੇ ਨੇ, ਅੱਜ ਅਸੀਂ ਮੁੱਕਰੀ ਜਾਈਏ ਅਤੇ ਅਲੱਗ ਗੱਲ ਹੈ, ਪਰ ਕਿੰਨਿਆਂ ਨੂੰ ਉਹਨਾਂ ਨੇ ਲਿਖਣ ਦੇ ਰਾਹ ਤੋਰਿਆ ਹੁੰਦਾ, ਰੁਪਏ ਸ਼ਹਿਰ ਵੀ ਹੁਣਾਂ ਨੇ ਉਹਦੀ ਗਿਣਤੀ ਨਹੀਂ ਹੈਗੀ ਇੰਨਾ। ਔਰ ਮਾਲਵਾ ਕਾਲਜ ਦੋ ਗੱਲਾਂ ਲਈ ਤਾਂ ਜਾਣਿਆ ਜਾਂਦਾ ਸੀ ਨਾ, ਕਬੱਡੀ ਲਈ ਟਰੋਫੀ ਨਹੀਂ ਸੀ ਜਾਣ ਦਿੰਦੇ ਕਬੱਡੀ ਵਾਲੀ, ਦੂਜੇ ਜਿੰਨੇ ਲੇਖਕ ਮਾਲਵਾ ਕਾਲਜ 'ਚੋਂ ਨਿਕਲੇ ਨੇ ਅਤੇ ਉਹ ਇਹਨਾਂ ਦੋ ਸ਼ਖਸੀਅਤਾਂ ਦਾ ਵੀ ਹੱਥ ਸੀ, ਪ੍ਰੋਫੈਸਰ ਸਪੜਾ ਉਹਨਾਂ ਦਾ ਵੀ, ਇਹਨਾਂ ਪ੍ਰੋਫੈਸਰਾਂ ਕਰਕੇ ਹੀ ਮਾਲਵਾ ਕਾਲਜ 'ਚੋਂ ਇੰਨੇ ਜਿਹੜੇ ਸੀਗੇ ਉਹ ਲੇਖਕ ਨਿਕਲੇ ਜਿਹਨਾਂ 'ਚੋਂ ਇੱਕ ਮੈਂ। ਔਰ ਅੱਜ ਇਹ ਜਿਹੜਾ ਸਨਮਾਨ ਹੈ ਇਹ ਮੇਰੇ ਲਈ ਇਸ ਕਰਕੇ ਵੀ ਬਹੁਤ ਮਾਅਨੇ ਰੱਖਦਾ ਹੈ ਕਿ ਇਹ ਸਨਮਾਨ ਜਦੋਂ ਮੈਂ ਲੈ ਰਿਹਾ ਤਾਂ ਉਸ ਵੇਲੇ ਮੇਰੇ ਨਾਲ ਉਹ ਸੱਜਣ ਨੇ ਜਿਹਨਾਂ ਜਿਹੜੇ ਮੇਰੇ ਇਸ ਕਰਮ ਭੂਮੀ ਦੇ ਵਿੱਚ ਮੇਰੇ ਨਾਲ ਤੁਰਨ ਵਾਲੇ ਨੇ, ਮੇਰੇ ਉਹ ਅਧਿਆਪਕ ਨੇ ਜਿਨ੍ਹਾਂ ਨੇ ਮੈਨੂੰ ਇਸ ਰਾਹ 'ਤੇ ਤੋਰਿਆ। ਔਰ ਸੱਚੀ ਮੁੱਚੀ ਮੈਂ ਕਈ ਥਾਂ 'ਤੇ ਇੱਥੇ ਕਾਫੀ ਸਬੱਬ ਬਣਿਆ ਇਹਨਾਂ ਦੀ ਕਿਰਪਾ ਨਾਲ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਅਤੇ ਲੁੰਜੀਆਂ ਇਕੱਠੀਆਂ ਕੀਤੀਆਂ ਨੇ, ਪਰ ਜਿਹੜਾ ਅੱਜ ਮੈਨੂੰ ਮਾਣ ਮਹਿਸੂਸ ਹੋ ਰਿਹਾ ਨਾ ਤੁਹਾਡੇ ਵਿੱਚ ਪਹਿਲੀ ਵਾਰੀ
ਆਪਣੇ ਘਰ ਦੇ ਵਿੱਚ ਆਪਣੇ ਬੰਦਿਆਂ ਦੇ ਵਿੱਚ ਇਹ ਬਹੁਤ ਵੱਡਾ ਸਨਮਾਨ ਹੈ। ਕਦੇ ਵੀ ਨਹੀਂ ਭੁੱਲ। ਅਸੀਂ ਹੁਣ ਜਤਿੰਦਰ ਹਾਂਸੂਰੀ ਅਤੇ ਜਸਵੀਰ ਰਾਣਾ ਹੌਲੀ ਹੌਲੀ ਗੱਲਾਂ ਕਰ ਰਹੇ ਸੀਗੇ, ਉਹੀ ਕਿਉਂਕਿ ਇਹਨਾਂ ਨੂੰ ਵੀ ਬੜੇ ਪੁਰਸਕਾਰ ਮਿਲੇ ਨੇ, ਅਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਵੀ ਯਾਰ ਮੇਰਾ ਨਾ ਮਨ ਭਰਦਾ ਹੈ ਅੱਜ ਖੁਸ਼ੀ ਨਾਲ ਵੀ ਆਹ ਜਿਹੜਾ ਸਨਮਾਨ ਮੈਨੂੰ ਅੱਜ ਦਿੱਤਾ ਗਿਆ, ਅਤੇ ਮੈਂ ਬਸ ਕਰਾਂ ਚੰਗੀ ਨਾ ਲੱਗੀ ਹੋਵੇ ਉਹਦੀ ਸੱਚਮੁੱਚ ਮੈਨੂੰ ਮਾਫੀ ਦੇ ਦੇਣੀ। ਇੱਕ ਵਾਰੀ ਫੇਰ ਤੁਹਾਡਾ ਸਿਰ ਕੀ ਸਭ ਚੰਗਾ ਔਰ ਇਹੋ ਜਿਹੇ ਗੁਣੀ ਜਨਾਂ ਕੋਲੇ ਬੈਠਣਾ ਇਹਨਾਂ ਨੂੰ ਸੁਣਨਾ
ਇਹ ਮੈਂ ਸਮਝਦਾ ਕਿ ਲਿਖਣ ਦਾ ਜਿਹੜਾ ਨਾ ਕਿਤਾਬ ਤੋਂ ਵੀ ਵੱਡੀ ਇਹ ਗੱਲ ਹੈ ਜਿਹੜੀ ਮੈਂ ਇਹ ਦੇਖੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਸੁਰਿੰਦਰ ਸ਼ਰਮਾ ਜੀ ਪਟਿਆਲੇ ਵਾਲੇ ਮੈਂ ਤੁਹਾਨੂੰ ਨਾਂ ਦੱਸ ਰਿਹਾ ਤੁਸੀਂ ਕਰਕੇ ਦੇਖ ਲਿਓ ਤਜਰਬਾ ਨੰਬਰ ਲੈ ਕੇ ਇਹਨਾਂ ਨਾਲ ਗੱਲ ਕਰਕੇ ਦੇਖਿਓ ਕਿਤੇ ਜਿਹੜੇ ਬੰਦੇ ਨਵਾਂ ਲਿਖ ਰਹੇ ਨੇ ਕਰਕੇ ਦੇਖੋ ਤੁਸੀਂ ਇਹ ਮੇਰੇ ਵਾਲੀ ਜਿਹੜੀ ਗੱਲ ਹੈ ਔਰ ਭਾਜੀ ਗੋਇਲ ਸਾਹਿਬ ਜਿਨ੍ਹਾਂ ਨੇ ਇੰਨੇ ਨਾਵਲ ਅਨੁਵਾਦ ਕੀਤੇ ਨੇ ਉਹਨਾਂ ਕੋਲ ਦੁਨੀਆ ਭਰ ਦਾ ਜਿਹੜਾ ਸਾਹਿਤ ਹੈ ਉਹਦੀਆਂ ਜਿਹੜੀਆਂ ਗੱਲਾਂ ਨੇ ਮੈਂ ਇਹ ਤਾਂ ਕਹਿ ਰਿਹਾ ਇਹਨਾਂ ਸਾਰਿਆਂ ਦੇ ਨਾਂ ਲੈ ਰਿਹਾ ਕਿ ਸਾਨੂੰ ਲਿਖਣ ਵਾਲਿਆਂ ਨੂੰ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਇਹਨਾਂ ਗੁਣੀ ਜਨਾਂ ਕੋਲ ਬੈਠਣਾ ਬਹੁਤ ਜ਼ਰੂਰੀ ਹੈ ਔਰ ਅਨੁਭਵ ਤੋਂ ਬਿਨਾਂ ਲਿਖਿਆ ਨਹੀਂ ਜਾਂਦਾ ਜਿਹੜੀ ਇੰਟਰਵਿਊ ਦੀ ਗੱਲ ਕਰਦੇ ਨੇ ਰਾਜਵਿੰਦਰ ਸੰਗਰਾਲਾ ਹੋਈ ਉਹਦੇ ਵਿੱਚ ਗੱਲਾਂ ਹੀ ਚਾਰ ਕੀਤੀਆਂ ਨੇ ਜਿਹੜੀਆਂ ਅਤੇ ਅਨੁਭਵ ਦੂਜਾ ਗਿਆਨ ਤੀਜਾ ਕਲਾ ਚਾਹੇ ਤੁਸੀਂ ਕਵਿਤਾ ਕਹਿਣ ਦੀ ਕਲਾ ਹੋਵੇ ਚਾਹੇ ਕਹਾਣੀ ਕਹਿਣ ਦੀ ਕਲਾ ਹੋਵੇ ਇਹ ਤਿੰਨ ਚੀਜ਼ਾਂ ਬੇਹੱਦ ਜ਼ਰੂਰੀ ਨੇ ਪਰ ਜੇ ਚੌਥੀ ਚੀਜ਼ ਵੀ ਨਾ ਹੋਵੇ ਤਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਨਹੀਂ ਕਰ ਸਕਦੇ ਇਹ ਤਿੰਨਾਂ ਨਾਲ ਸਰ ਸਕਦਾ ਅੱਛੀਆਂ ਕਹਾਣੀਆਂ ਅੱਛੀਆਂ ਕਵਿਤਾਵਾਂ ਲਿਖੀਆਂ ਜਾ ਸਕਦੀਆਂ ਨੇ ਪਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਹਿਣ ਵਾਸਤੇ ਯੁਰਤ ਚਾਹੀਦੀ ਹੈ ਹਿੰਮਤ ਚਾਹੀਦੀ ਹੈ ਅੰਦਰ ਜੇ ਉਹ ਨਾ ਹੋਵੇ ਤਾਂ ਫਿਰ ਉਹ ਸੱਚ ਨਹੀਂ ਬੋਲਿਆ ਜਾਂਦਾ ਹੈਗਾ ਸੱਚ ਯੁਰਤ ਨਾਲ ਹੀ ਬੋਲਿਆ ਜਾਂਦਾ ਜੇ ਯੁਰਤ ਨਹੀਂ ਹੈਗੀ ਤਾਂ ਇਹ ਤਿੰਨੇ ਚੀਜ਼ਾਂ ਕਈ ਵਾਰੀ ਪਿੱਛੇ ਰਹਿ ਜਾਂਦੀਆਂ ਨੇ ਜਿਹੜਾ ਤੁਸੀਂ ਸਮਾਜ ਦੇ ਉੱਤੇ ਕਿਤੇ ਡੰਗ ਮਾਰਨਾ ਨਾ ਉਹ ਡੰਗ ਤੁਸੀਂ ਤਾਂ ਹੀ ਮਾਰ ਸਕਦੇ ਹੋ ਜੇ ਯੁਰਤ ਹੋਵੇ ਅਤੇ ਯੁਰਤ ਜਿਹੜੀ ਹੈ ਉਹ ਮੈਨੂੰ ਬਚਪਨ ਤੋਂ ਜਿਸ ਤਰ੍ਹਾਂ ਮੈਂ ਬਹੁਤ ਵਾਰੀ ਦੱਸਿਆ ਮਿਲੀ ਹੈ ਪਰ ਹੁਣ ਇਸ ਵੇਲੇ ਤੁਸੀਂ ਹੋ ਸਾਰੇ ਜਿਹੜੇ ਮੈਂ ਸਮਝਦਾ ਕਿ ਮੇਰੇ ਸਿਰ 'ਤੇ ਇਹਨਾਂ ਦਾ ਹੱਥ ਹੈ ਆਹ ਮੇਰੀਆਂ ਬਾਹਾਂ ਨੇ ਜਿਹੜੇ ਨਾਲ ਤੁਰਦੇ ਨੇ ਅਤੇ ਇਸ ਕਰਕੇ ਮੈਂ ਉਹ ਗੱਲਾਂ ਜਿਹੜੀਆਂ ਉਹ ਕਰ ਸਕਦਾ ਹੈ ਉਹ ਸੱਚ ਬੋਲ ਸਕਦਾ ਤੁਹਾਡੇ ਕਰਕੇ ਬੇਸ਼ੱਕ ਤੁਹਾਡੀਆਂ ਦੁਆਵਾਂ ਹੀ ਮੇਰੇ ਨਾਲ ਹੋਣ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਕਿਵੇਂ ਮੰਗਦਾ ਸੁਰਜੀਤ ਭਾਅ ਜੀ ਦਾ ਸਾਡਾ ਵੀ ਕਰਦਾ ਸੀ ਕਿ ਅਸੀਂ ਸੁਣੀ